ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਮਹਿਮਾ ਕਿਸੇ ਤੋਂ ਲੁਕੀ ਛੁਪੀ ਨਹੀਂ। ਦੁਨੀਆ ਦੇ ਇਤਿਹਾਸ ਵਿੱਚ ਇਹੋ ਜਿਹਾ ਮਹਾਂਪੁਰਸ਼ ਕੋਈ ਨਜ਼ਰ ਨਹੀਂ ਆਉਂਦਾ। ਇਹ ਗੱਲ ਅੰਗਰੇਜ਼ਾਂ ਦੇ ਸਮੇਂ ਦੀ ਹੈ। ਅੰਗਰੇਜ਼ਾਂ ਨੇ ਜਿਹੜੀ ਮਿਲਟਰੀ ਸੀ ਸਾਡੀ ਇੰਡੀਆ ਦੀ, ਉਹਦੇ ਵਿੱਚ ਵੱਖਰੀਆਂ ਵੱਖਰੀਆਂ ਰਜਮਟਾਂ ਬਣਾਈਆਂ ਹੁੰਦੀਆਂ ਸੀ। ਅੰਗਰੇਜ਼ਾਂ ਦੇ ਰਾਜ ਵੇਲੇ ਤਾਂ ਜੋ ਮਿਲਟਰੀ ਦਾ ਸਿਸਟਮ ਸੀ, ਅਜੇ ਤੱਕ ਵੀ ਇੰਡੀਆ ਕੋਲ ਉਹੀ ਹੈ, ਪੁਰਾਣਾ ਨਵਾਂ ਨਹੀਂ ਕੋਈ ਬਣਾ ਸਕੇ। ਉਹ ਇਹ ਸਿਸਟਮ ਸੀ ਵੀ ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਪਠਾਨ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜੀਮੈਂਟ ਅਤੇ ਮਰਾਠਾ ਰਾਜ ਰੈਜੀਮੈਂਟ। ਇਹਨਾਂ ਵੱਖਰੀਆਂ ਵੱਖਰੀਆਂ ਕੌਮਾਂ ਦੇ ਨਾਂ 'ਤੇ ਹੋਰ ਵੀ ਹੋਣਗੀਆਂ ਇੱਕ ਦੋ, ਜਿਹੜੀਆਂ ਮਾਰਸ਼ਲ ਕੌਮਾਂ ਸਮਝੀਆਂ ਜਾਂਦੀਆਂ ਸਨ ਲੜਾਈ ਦੇ ਮੈਦਾਨ ਵਿੱਚ, ਉਹਨਾਂ ਦੇ ਨਾਂ ਦੀਆਂ ਇੱਕ ਇੱਕ ਰੈਜੀਮੈਂਟ ਸਨ। ਸਿੱਖਾਂ ਦੀ ਰੈਜੀਮੈਂਟ ਜਿਹੜੀ ਸੀ, ਇਹ ਵੀ ਇਤਿਹਾਸ ਹੈ ਵੀ 40% ਮਿਲਟਰੀ ਜਿਹੜੀ ਸੀ ਇੰਡੀਆ ਦੀ ਉਹ ਸਿੱਖਾਂ ਦੀ ਸੀ। 40% ਭਰਤੀ ਸਿੱਖਾਂ ਦੀ ਹੁੰਦੀ ਸੀ, ਬਾਕੀ ਸਾਰੀਆਂ ਕੌਮਾਂ ਦੀ 60% ਹੁੰਦੀ ਸੀ ਸਾਰੀਆਂ ਮਿਲਾ ਕੇ। ਪਹਿਲੇ ਸਿੱਖ 60% ਹੁੰਦੇ ਸੀ, 40% ਹੁੰਦੇ ਸੀ। ਅਤੇ ਅੰਗਰੇਜ਼ ਨੇ ਇੱਕ ਸੈਮੀਨਾਰ ਕਰਵਾਇਆ, ਵਿਚਾਰ ਗੋਸ਼ਟੀ ਕਰਵਾਈ ਕਿ ਜਿਹੜੇ ਵੱਡੇ ਵੱਡੇ ਫੌਜ ਦੇ ਜਨਰਲ ਕਰਨਲ ਸਨ ਇੰਡੀਆ ਦੀ ਫੌਜ ਦੇ, ਉਹ ਸਾਰਿਆਂ ਨੇ ਉਹਦੇ 'ਚ ਆਪਣੇ ਆਪਣੇ ਪੇਪਰ ਪੜ੍ਹੇ, ਆਪਣੀ ਆਪਣੀ ਹਿਸਟਰੀ, ਆਪਣੀ ਆਪਣੀ ਰੈਜੀਮੈਂਟ ਦਾ ਇਤਿਹਾਸ ਦੱਸਿਆ। ਤਾਂ ਉਹਦੇ ਵਿੱਚ ਜਾਟਾਂ ਨੇ ਆਪਣੀ ਕੁਰਬਾਨੀ ਦੱਸੀ, ਆਪਣੀ ਬਹਾਦਰੀ ਦੱਸੀ, ਗੋਰਖਿਆਂ ਨੇ ਆਪਣੀ ਦੱਸੀ, ਪਠਾਣਾਂ ਨੇ ਆਪਣੀ ਦੱਸੀ। ਜਦੋਂ ਮਰਾਠਿਆਂ ਦੀ ਵਾਰੀ ਆਈ ਤਾਂ ਮਰਾਠਿਆਂ ਦਾ ਇੱਕ ਜਰਨਲ ਬੋਲਿਆ ਵੀ ਤੁਸੀਂ ਸਾਰੇ ਬਹਾਦਰ ਹੋ ਪਰ ਸਾਡੀ ਕੌਮ ਦਾ ਨਾਂ ਹੀ ਬੜਾ ਵੱਡਾ। ਉਹ ਕਹਿੰਦੇ ਕੀ? ਕਹਿੰਦੇ ਮਰ ਹਟਾ, ਅਸੀਂ ਮਰ ਕੇ ਹਟਦੇ ਹਾਂ। ਕਹਿੰਦੇ ਜਦੋਂ ਜਿੰਨਾ ਚਿਰ ਮਰਦੇ ਨਹੀਂ ਉਹਨਾਂ ਚਿਰ ਮੈਦਾਨ 'ਚੋਂ ਹਟਦੇ ਨਹੀਂ, ਅਸੀਂ ਮਰ ਕੇ ਹਟਦੇ ਹਾਂ ਲੜਾਈ ਦੇ ਵਿੱਚ, ਉੱਦਾਂ ਨਹੀਂ ਪਿੱਛੇ ਹਟਦੇ। ਉਦੋਂ ਬਾਅਦ ਇੱਕ ਸਿੰਘ ਜਰਨਲ ਦੀ ਵਾਰੀ ਆਈ, ਸਿੱਖ ਜਰਨਲ ਕਹਿਣ ਲੱਗਾ ਠੀਕ ਹੈ ਮੇਰੇ ਪੀਰ ਨੇ ਗੱਲ ਕਹੀ ਹੈ ਬੜੀ ਵਧੀਆ, ਪਰ ਮਰ ਕੇ ਹਟ ਤਾਂ ਜਾਂਦੇ ਹੋ, ਮਰ ਕੇ ਤਾਂ ਹਟ ਜਾਂਦੇ ਹੋ, ਸਾਡੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ ਨੇ ਜਿਹੜੇ ਮਰ ਕੇ ਵੀ ਨਹੀਂ ਹਟੇ। ਸੀਸ ਉੱਤਰ ਜਾਣ ਤੋਂ ਬਾਅਦ ਕੋਈ ਬੰਦਾ ਇੱਕ ਕਦਮ ਅੱਗੇ ਨਹੀਂ ਤੁਰ ਸਕਦਾ। 4 ਮੀਲ ਗੋਲਵੜ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਬਣਦਾ ਹੈ, ਉਹ 4 ਕੋਹ ਜਾਂ 4 ਮੀਲ ਵੱਡੇ ਮੀਲ ਜਾਂ ਕੋਹ ਪੁਰਾਣੇ ਜ਼ਮਾਨੇ 'ਚ ਕਿਲੋਮੀਟਰ ਤਾਂ ਛੋਟੇ ਹੁੰਦੇ ਨੇ, ਉਹ ਬਾਬਾ ਜੀ ਤੁਰ ਕੇ ਸੀਸ ਤਲੀ 'ਤੇ ਧਰ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ। ਇਹ ਸਾਰੀ ਕਲਾ ਕਿੱਥੋਂ ਵਰਤੀ ਸੀ? ਇਹ ਬਖਸ਼ਿਸ਼ ਕਿੱਥੋਂ ਹੋਈ ਸੀ? ਜਦੋਂ ਦਮਦਮੇ ਸਾਹਿਬ ਮਹਾਰਾਜ ਦਾ ਸਰੂਪ 10ਵੇਂ ਪਾਤਸ਼ਾਹ ਲਿਖਵਾ ਰਹੇ ਸੀ ਨਾ ਕਲਗੀਧਰ ਪਿਤਾ ਜੀ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਤਾਂ ਭਾਈ ਮਨੀ ਸਿੰਘ ਜੀ ਕਰਦੇ ਸੀ, ਲਿਖਾਰੀ ਭਾਈ ਮਨੀ ਸਿੰਘ ਜੀ ਮਹਾਰਾਜ ਬਾਣੀ ਉਚਾਰਨ ਕਰਦੇ ਸੀ ਆਪਣੇ ਅਨੁਭਵ ਤੋਂ। ਧੀਰ ਮੱਲੀਆਂ ਨੇ ਮਿਹਣਾ ਮਾਰਿਆ ਸੀ ਵੀ ਜੇ ਗੁਰੂ ਪੂਰਾ ਤੇ ਆਪੇ ਗ੍ਰੰਥ ਲਿਖ ਲਵੇ, ਜਿਹੜੀ ਗੱਦੀ ਦੇ ਉੱਤੇ ਬੈਠੇ ਹੋ
ਉਹ ਗੱਦੀ ਤੇ ਗੁਰੂ ਅਰਜਨ ਦੇਵ ਜੀ ਸਨ, ਉਹਨਾਂ ਨੇ ਬਾਣੀ ਰਚੀ ਸੀ। ਤੁਸੀਂ ਵੀ ਉਸ ਗੱਦੀ ਦੇ ਮਾਲਕ ਹੋ ਤੇ ਤੁਹਾਡੇ 'ਚ ਸ਼ਕਤੀ ਆ ਤੇ ਤੁਸੀਂ ਆਪਣਾ ਗ੍ਰੰਥ ਬਣਾ ਲਓ। ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਦਮਦਮੇ ਸਾਹਿਬ ਸਿੰਘਾਂ ਨੂੰ ਕਿਹਾ ਵੀ ਖਾਲਸਾ ਜੀ ਹੁਣ ਸਮਾਂ ਆ ਗਿਆ, ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੁਬਾਰਾ ਅਸੀਂ ਲਿਖਾਂਗੇ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ। ਤਾਂ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਰਹੇ ਸੀ, ਲਿਖਾ ਰਹੀ ਸੀ ਭਾਈ ਮਨੀ ਸਿੰਘ, ਬ੍ਰਹਮ ਗਿਆਨੀ ਮਹਾਂਪੁਰਸ਼, ਤੇ ਕਲਮਾਂ ਘੜ ਕੇ ਤੇ ਕਾਗਜ਼ ਜਿਹੜੀ ਹੈ ਨਾ, ਉਹਨਾਂ ਦੀਆਂ ਅੱਠ ਅੱਠ ਪੱਤਰਿਆਂ ਦੀਆਂ ਸੈਂਚੀਆਂ ਬਣਾਉਂਦੇ, 16 ਅੰਗ ਲਿਖੇ ਜਾਂਦੇ ਉੱਥੇ, ਅੱਠ ਪੱਤਰੇ, ਚਾਰ ਇੱਧਰ ਇੱਦਾਂ ਮੋੜ ਕੇ ਫੋਲਡ ਕਰਕੇ ਨਾ, ਤੇ ਉਹਦੇ ਪਿਛਲੇ ਪਾਸੇ ਜਿਲਦ ਬੰਨਣ ਵਾਸਤੇ ਉਹਦੀ ਜਗ੍ਹਾ ਛੱਡੀ ਜਾਂਦੀ, ਹਾਸੀਆ ਕਹਿੰਦੇ। ਫਿਰ ਉਹਦੇ ਵਿੱਚ ਵੇਲਾਂ ਬਣਾਈਆਂ ਜਾਂਦੀਆਂ, ਸਾਈਡਾਂ ਦੇ ਉੱਤੇ ਬਾਰਡਰ ਬਣਾਏ ਜਾਂਦੇ। ਬਾਰਡਰ ਬਣਾਉਣ ਦੀ ਸੇਵਾ, ਉਹ ਕਾਗਜ਼ ਨੂੰ ਇੱਕ ਸੈਟਿੰਗ ਕਰਨ ਦੀ ਸੇਵਾ, ਕਲਮਾਂ ਘੜਨ ਦੀ ਸੇਵਾ, ਸਿਆਹੀ ਤਿਆਰ ਕਰਨ ਦੀ ਸੇਵਾ, ਭਾਈ ਮਨੀ ਸਿੰਘ ਦੀ ਹੈਲਪ ਭਾਈ ਬਾਬਾ ਦੀਪ ਸਿੰਘ ਜੀ ਕਰ ਰਹੇ ਸੀ। ਉਦੋਂ ਬਾਬਾ ਜੀ ਦੀ ਉਮਰ ਸਾਰੀ ਕੋਈ 24 ਸਾਲ ਦੀ ਇਤਿਹਾਸ ਦੇ ਹਿਸਾਬ ਨਾਲ ਬਣਦੀ, ਕਿ 1682 ਦਾ ਉਹਨਾਂ ਦਾ ਜਨਮ ਹੈ ਅਤੇ 1706 ਵਿੱਚ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਇਸ ਰੂਪ ਲਿਖਵਾਇਆ। ਯਾਨੀ ਕਿ 24 ਸਾਲ ਆਪਾਂ ਉਹਨਾਂ ਦੀ ਉਮਰ ਉਸ ਵੇਲੇ ਵੇਖਦੇ ਹਾਂ ਇਤਿਹਾਸ ਵਿੱਚ, 24 ਸਾਲ ਦੇ ਸਨ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਲਿਖੇ। ਨਾਲੇ ਲਿਖਣਾ ਸਿੱਖਦੇ ਸਨ ਵੀ ਗੁਰਬਾਣੀ ਕਿਵੇਂ ਲਿਖਣੀ ਹੈ ਭਾਈ ਮਨੀ ਸਿੰਘ ਕੋਲੋਂ। ਬਾਣੀ ਸਾਰੀ ਕੰਠ ਸੀ ਉਹਨਾਂ ਨੂੰ, ਬੜੀ ਕਿਰਪਾ ਸੀ। ਅਤੇ ਗੁਰੂ ਗ੍ਰੰਥ ਸਾਹਿਬ ਲਿਖਦਿਆਂ ਲਾਸਟ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਲੋਕ ਆਇਆ, 12 ਦੇ ਵਧੀਕ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ ਸਲੋਕ, ਪਹਿਲੀ ਪਾਤਸ਼ਾਹੀ ਦਾ। ਕਈ ਸਮਝਦੇ ਆ ਵੀ ਦਸਵੇਂ ਪਾਤਸ਼ਾਹ ਦਾ, ਇਹ ਨਹੀਂ, ਇਹ ਪਹਿਲੇ ਪਾਤਸ਼ਾਹ ਦਾ ਸਲੋਕ। ਮਹੱਲਾ ਪਹਿਲਾ, ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ, ਜੋ ਤੋ ਪ੍ਰੇਮ ਖੇਲਣ ਕਾ ਜਾਓ, ਜੇ ਇਹ ਜਗਿਆਸੂ ਤੈਨੂੰ ਪ੍ਰੇਮ ਦੀ ਖੇਡ ਖੇਡਣ ਦੀ ਇੱਛਾ ਹੈ, ਚਾਹ ਹੈ, ਸ਼ੌਂਕ ਹੈ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ, ਸਿਰ ਧਰ ਤਲੀ ਗਲੀ ਮੇਰੀ ਆਓ। ਤਾਂ ਇਸ ਖੇਡ ਵਿੱਚ ਖੇਡਣ ਦੇ ਲਈ ਤੈਨੂੰ ਆਪਣਾ ਸਿਰ ਆਪਣੀ ਤਲੀ 'ਤੇ ਧਰਨਾ ਪਏਗਾ, ਯਾਨੀ ਤੈਨੂੰ ਮਰਨਾ ਕਬੂਲ ਕਰਨਾ ਪਏਗਾ, ਤੈਨੂੰ ਮੌਤ ਕਬੂਲ ਕਰਨੀ ਪਏਗੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਦੇਣ ਕਾ ਤੋ ਆਓ ਹਮਾਰੇ ਪਾਸ। ਇੱਥੇ ਆਉਣ ਦੇ ਲਈ ਮੈਂ ਮੇਰੀ ਛੱਡਣੀ ਪੈਂਦੀ, ਸਰੀਰ ਸੀਸ ਤਲੀ 'ਤੇ ਧਰਨਾ ਪੈਂਦਾ। ਬਾਬਾ ਦੀਪ ਸਿੰਘ ਜੀ ਪਾਠ ਸੁਣ ਰਹੇ ਸੀ, ਭਾਈ ਮਨੀ ਸਿੰਘ ਲਿਖ ਰਹੇ ਸੀ, ਦਸਵੇਂ ਪਾਤਸ਼ਾਹ ਬੋਲ ਰਹੇ ਸੀ। ਬਾਬਾ ਜੀ ਦੇ ਮਨ ਵਿੱਚ ਜਗਿਆਸਾ ਹੋਈ, ਹੱਥ ਜੋੜ ਕੇ ਪਾਤਸ਼ਾਹ ਨੂੰ ਪੁੱਛਦੇ, ਸੱਚੇ ਪਾਤਸ਼ਾਹ ਜੀ, ਪਿਤਾ ਜੀ, ਇਹ ਦੱਸੋ ਬਈ ਇੱਦਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਬੰਦਾ ਗੁਰੂ ਦੀ ਗਲੀ ਵਿੱਚ ਆਪਣਾ ਸਿਰ ਤਲੀ 'ਤੇ ਧਰ ਕੇ ਤੁਰ ਲਵੇ? ਜਦੋਂ ਸਿਰ ਹੀ ਕੱਟਿਆ ਗਿਆ, ਉਹ ਬੰਦਾ ਤੁਰੇਗਾ ਕਿਵੇਂ? ਇਹ ਗੱਲ ਬਾਬਾ ਦੀਪ ਸਿੰਘ ਨੇ ਪੁੱਛੀ ਸੀ। ਅੱਜ ਕੱਲ੍ਹ ਜਿਹੜੇ ਮੇਰੇ ਵਰਗੇ ਸ਼ੰਕਾ ਕਰਦੇ, ਉਹਨਾਂ ਨੂੰ ਤਾਂ ਸ਼ੰਕਾ ਹੋਣਾ ਹੀ ਹੋਣਾ, ਕਿਉਂਕਿ ਇਨਸਾਨ ਦੀ ਗੱਲ ਨਹੀਂ ਨਾ ਇਹ, ਇਨਸਾਨ ਦੀ ਸੋਚ ਤੋਂ ਪਰੇ ਦੀ ਗੱਲ ਹੈ। ਆਖੋ ਵਾਹਿਗੁਰੂ। ਬਾਬਾ ਜੀ ਨੇ ਪੁੱਛੀ ਮਹਾਰਾਜ ਨੂੰ ਕਿ ਮਹਾਰਾਜ, ਤੁਹਾਡੀ ਗਲੀ ਦੇ ਵਿੱਚ ਤੁਰਨਾ, ਸਿਰ ਤਲੀ 'ਤੇ ਧਰ ਕੇ ਸਿਰ ਕੱਟਿਆ ਹੋਵੇ, ਉਹ ਕਿਵੇਂ ਤੁਰੇਗਾ?
ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦੀਪ ਸਿੰਘ ਸਮਾਂ ਆਵੇਗਾ ਇਹ ਖੇਡ ਅਸੀਂ ਤੇਰੇ ਕੋਲੋਂ ਕਰਵਾ ਦੇਵਾਂਗੇ, ਸਮਾਂ ਆਵੇਗਾ ਤੁਸੀਂ ਇਹ ਕਰਕੇ ਵਿਖਾਓਗੇ ਦੁਨੀਆਂ ਨੂੰ ਜਿਹੜੀ ਗੱਲ ਦੁਨੀਆਂ ਸੋਚ ਨਹੀਂ ਸਕਦੀ ਹੋਵੇਗੀ। ਸਤਸੰਗ ਜੀ, ਐਵੇਂ ਨਹੀਂ ਗੁਰੂ ਨੂੰ ਪਰਮੇਸ਼ਰ ਨੂੰ ਸਮਰੱਥ ਕਿਹਾ ਜਾਂਦਾ। ਇਨਸਾਨ ਦੀ ਜਿੱਥੋਂ ਤੱਕ ਸਮਰੱਥਾ ਹੈ ਉਸ ਤੋਂ ਪਰੇ ਰੱਬ ਦੀ ਗੱਲ ਸ਼ੁਰੂ ਹੁੰਦੀ ਹੈ। ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਕਰਨ ਕਾਰਨ ਸਮਰੱਥ, ਸਭ ਜਗ ਜਿਹਨੇ ਉਹ ਪਾਇਆ ਭਾਈ ਕਰਨ ਕਾਰਨ ਸਮਰੱਥ। ਉਹ ਪਰਮਾਤਮਾ ਸਭ ਕੁਛ ਕਰ ਸਕਦਾ, ਜਲ ਤੇ ਥਲ ਕਰ, ਜਿੱਥੇ ਸਮੁੰਦਰ ਨੇ ਉੱਥੇ ਪਹਾੜ ਖੜੇ ਕਰ ਸਕਦਾ, ਜਲ ਤੇ ਥਲ ਕਰ, ਥਲ ਤੇ ਕੂਹਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਬੰਦੇ ਦੀ ਸਮਰੱਥਾ, ਬੰਦੇ ਦੀ ਪਾਵਰ ਸੀਮਤ ਹੈ, ਕਿਸੇ ਹੱਦ ਤੱਕ ਹੈ, ਉਹਦੀ ਪਾਵਰ ਅਸੀਮ ਹੈ, ਬੇਹੱਦ ਹੈ। ਕਹਿਣ ਲੱਗੇ ਤੇਰੇ ਕੋਲੋਂ ਪੂਰਾ ਕਰਾਵਾਂਗੇ ਕੰਮ। ਸੋ ਬਾਬਾ ਜੀ ਦਾ ਸੀਸ ਜਦੋਂ ਗੋਲਵੜ ਦੇ ਮੈਦਾਨ ਵਿੱਚ ਜੰਗ ਕਰਦਿਆਂ ਉਤਰਿਆ, ਇਤਿਹਾਸ ਵਿੱਚ ਜ਼ਿਕਰ ਆਉਂਦਾ ਸ਼ਹੀਦ ਦਿਆਲ ਸਿੰਘ ਜੀ ਨੇੜੇ ਖੜ੍ਹੇ ਸਨ, ਉਹਨਾਂ ਦੇ ਮੂੰਹ ਤੋਂ ਨਿਕਲਿਆ ਕਿ ਬਾਬਾ ਜੀ ਅਰਦਾਸ ਤਾਂ ਤੁਸੀਂ ਕੀਤੀ ਸੀ ਹਰਿਮੰਦਰ ਸਾਹਿਬ ਜਾਣ ਦੀ, ਡੇਰੇ ਇੱਥੇ ਲਾ ਲਏ। ਸੀਸ ਤਲੀ ਤੇ ਧਰ ਕੇ ਖੜ੍ਹੇ ਹੋ ਗਏ, ਹੱਥ 'ਚ ਖੰਡਾ ਫੜ ਕੇ ਵੈਰੀ ਦਲਾਂ ਦੇ ਨਾਲ ਜੂਝਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵੱਲ ਤੁਰ ਪਏ। ਪਰਿਕਰਮਾਂ ਵਿੱਚ ਜਾ ਕੇ ਆਪਣਾ ਸੀਸ ਦੇ ਕੇ ਹਰਿਮੰਦਰ ਸਾਹਿਬ ਨੂੰ ਤੁਰਕਾਂ ਕੋਲੋਂ ਆਜ਼ਾਦ ਕਰਾ ਕੇ ਆਪਣਾ ਅਖੀਰਲਾ ਸਵਾਸ ਇੱਥੇ ਪੂਰਾ ਕੀਤਾ ਅਤੇ ਖਾਲਸੇ ਨੇ ਉਹਨਾਂ ਦਾ ਸੰਸਕਾਰ ਜਿਹੜਾ ਹੈ ਉਹ ਗੁਰਦੁਆਰਾ ਜਿੱਥੇ ਸ਼ਹੀਦਾਂ ਸਿੰਘਾਂ ਦਾ ਉੱਥੇ ਉਹਨਾਂ ਦਾ ਸੰਸਕਾਰ ਪੰਥ ਨੇ ਕੀਤਾ ਸੀ। ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਦੇਖੋ ਅੱਜ ਕਿੰਨੀਆਂ ਸੰਗਤਾਂ ਹਜ਼ਾਰਾਂ ਦੀ ਤਾਦਾਦ ਵਿੱਚ ਦਰਸ਼ਨ ਕਰਦੀਆਂ। ਸੋ ਐਸੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ, ਇਤਿਹਾਸ ਭਾਈ ਸਾਹਿਬ ਰਿਆਮ ਸਿੰਘ ਜੀ ਸਾਰਾ ਸੁਣਾ ਗਏ, ਤੁਸੀਂ ਸਾਰੇ ਜਾਣਦੇ ਹੋ ਕਿਵੇਂ ਅਬਦਾਲੀ ਦਾ ਜਰਨੈਲ ਜਹਾਨ ਖਾਨ ਹਰਿਮੰਦਰ ਸਾਹਿਬ 'ਤੇ ਇੱਕ ਵਾਰੀ ਨਹੀਂ ਹਮਲਾ ਹੋਇਆ, ਕਦੀ ਕਾਜੀ ਅਬਦੁਲ ਰਜ਼ਾਕ ਦਾ ਕਬਜ਼ਾ ਰਿਹਾ, ਕਦੀ ਮੱਸੇ ਰੰਗੜ ਦਾ, ਕਦੀ ਸਾਧ ਸੰਗਤ ਜੀ ਮੀਰ ਮਨੂ ਦੇ ਸਮੇਂ 'ਤੇ, ਕਦੀ ਜਈਆ ਖਾਨ 'ਤੇ, ਕਦੀ ਸ਼ਾਹ ਨਵਾਜ਼ 'ਤੇ। ਸਾਰਿਆਂ ਨੇ ਜ਼ੁਲਮ ਕੀਤੇ, ਸ੍ਰੀ ਦਰਬਾਰ ਸਾਹਿਬ ਦੇ ਰਾਹ ਬੰਦ ਕਰਨ ਦੀ ਕੋਸ਼ਿਸ਼ ਅੱਜ ਦੀ ਨਹੀਂ, ਬੜੀ ਪੁਰਾਣੀ ਚੱਲੀ ਹੋਈ ਹੈ। ਗੁਰੂਆਂ ਦੇ ਸਮੇਂ ਵੀ ਇਹ ਕੋਸ਼ਿਸ਼ ਰਹੀ ਵੀ ਹਰਿਮੰਦਰ ਸਾਹਿਬ ਕੇਂਦਰ ਨਾ ਬਣ ਜਾਏ ਸਿੱਖੀ ਦਾ। ਇਹ ਮਹਾਰਾਜ ਦਾ ਦਰਬਾਰ ਹੈ, ਇੱਥੋਂ ਸੱਚ ਦੀ ਆਵਾਜ਼ ਉੱਠਦੀ ਹੈ, ਇਹਨੂੰ ਦਬਾਓ। ਸਾਰੇ ਸਮਿਆਂ ਵਿੱਚ ਸਰਕਾਰਾਂ ਨੇ ਜ਼ੋਰ ਲਾਇਆ ਅਤੇ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਦੇ ਸਮੇਂ ਜਹਾਨ ਖਾਨ ਨੇ ਕਬਜ਼ਾ ਕੀਤਾ ਸੀ ਦਰਬਾਰ ਸਾਹਿਬ 'ਤੇ, ਵੀ ਅੰਦਰ ਕੋਈ ਮੱਥਾ ਟੇਕਣ ਨਹੀਂ ਸੀ ਜਾ ਸਕਦਾ, ਪ੍ਰਕਾਸ਼ ਦੀ ਸੇਵਾ ਸਾਰੀ ਬੰਦ ਸੀ ਅਤੇ ਸ਼ਹਿਰ ਦਾ ਆਲਾ ਦੁਆਲੇ ਦਾ ਮਲਬਾ ਲਿਆ ਲਿਆ ਕੇ ਉਹ ਸਰੋਵਰ ਸੁੱਟ ਰਹੇ ਸਨ ਵੀ ਸਰੋਵਰ ਪੂਰ ਦਈਏ, ਇਹ ਸਰੋਵਰ ਪੂਰ ਕੇ ਅਤੇ ਇੱਥੇ ਬਿਲਕੁਲ ਹਲ ਚਲਾ ਦਈਏ, ਇੱਥੇ ਖੇਤੀ ਹੋਵੇ, ਖਤਮ ਕਰ ਦਈਏ ਦਰਬਾਰ ਸਾਹਿਬ ਦੀ ਨਿਸ਼ਾਨੀਆਂ ਹੀ ਖਤਮ ਹੋ ਜਾਣ। ਪਰ ਬਾਬਾ ਦੀਪ ਸਿੰਘ ਜੀ ਨੇ ਜਾ ਕੇ ਤੁਰਕਾਂ ਨੂੰ ਭਾਜੜਾਂ ਪਾ ਦਿੱਤੀਆਂ। ਜਦੋਂ ਬਾਬਾ ਜੀ ਸੀਸ ਤਲੀ ਦੇ ਧਰ ਕੇ ਤੁਰੇ ਨਾ, ਉਦੋਂ ਹੀ ਤੁਰਕਾਂ ਨੂੰ ਭਾਜੜਾਂ ਪੈ ਗਈਆਂ ਸੀ ਵੀ ਇਹ ਤਾਂ ਗੱਲ ਹੀ ਹੋਰ ਹੋ ਗਈ ਹੈ, ਬਿਨਾਂ ਸਿਰ ਦੇ ਲੜੀ ਜਾਂਦੇ ਹੈ, ਤਾਂ ਕੋਈ ਅਗੰਮੀ ਸ਼ਕਤੀ ਵਰਤ ਗਈ। ਸਾਰੇ ਤੁਰਕ ਉੱਥੋਂ 20,000 ਤੁਰਕਾਂ ਦੀ ਫੌਜ ਸੀ ਜਿਹੜੀ ਦਰਬਾਰ ਸਾਹਿਬ 'ਤੇ ਕਬਜ਼ਾ ਕੀਤਾ, ਸਭ ਭੱਜ ਗਏ। ਖਾਲਸੇ ਨੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਫਿਰ ਤੋਂ ਸ਼ੁਰੂ ਕਰ ਦਿੱਤੀ।
ਦਰਵਾਜ਼ੇ ਖੋਲ ਦਿੱਤੇ, ਸੰਗਤਾਂ ਦਰਸ਼ਨ ਕਰਨ ਲੱਗ ਪਈਆਂ। ਸੋ ਬਾਬਾ ਜੀ ਦੀ ਸ਼ਹਾਦਤ, ਉਹਨਾਂ ਦੀ ਹਸਤੀ, ਉਹਨਾਂ ਦੀ ਸ਼ਖਸੀਅਤ ਬਾਰੇ ਭਾਈ ਬਰਿਆਮ ਸਿੰਘ ਜੀ ਨੇ ਤੁਹਾਨੂੰ ਬਹੁਤ ਕੁਝ ਦੱਸਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਅੱਜ ਵੀ ਤਖਤਾਂ ਦੇ ਉੱਤੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਹਰਿਮੰਦਰ ਸਾਹਿਬ ਜਿਹੜਾ ਪ੍ਰਕਾਸ਼ ਹੁੰਦਾ ਹੈ, ਉਹਨੂੰ 4 ਕਿਲੋ ਸੋਨਾ ਲੱਗਾ, ਉਹਨੂੰ ਸੁਨਹਿਰੀ ਬੀੜ ਕਹਿੰਦੇ ਆ ਹਰਿਮੰਦਰ ਸਾਹਿਬ ਦੇ। ਬਾਬਾ ਦੀਪ ਸਿੰਘ ਦੇ ਹੱਥ ਦੀ ਲਿਖੀ ਹੋਈ ਹੈ। ਉਸ ਬੀੜ ਦਾ 5 ਵਾਰੀ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ ਸਾਲ ਵਿੱਚ। ਵਿਸਾਖੀ ਨੂੰ ਪ੍ਰਕਾਸ਼ ਹੁੰਦਾ, ਦੀਵਾਲੀ ਨੂੰ ਪ੍ਰਕਾਸ਼ ਹੁੰਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਿਰਪੁਰਬ 'ਤੇ ਪ੍ਰਕਾਸ਼ ਹੁੰਦਾ, ਗੁਰੂ ਰਾਮਦਾਸ ਸਾਹਿਬ 'ਤੇ ਪ੍ਰਕਾਸ਼ ਹੁੰਦਾ, ਅਤੇ ਜਿਸ ਦਿਨ ਪਹਿਲਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਬਾਬਾ ਬੁੱਢਾ ਜੀ ਨੇ ਕਿ ਉਸ ਦਿਨ ਵੀ ਉਸੇ ਸਰੂਪ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੁਣ ਹੁੰਦਾ, ਅਤੇ ਬਾਕੀ ਸਮੇਂ ਉਹ ਸਰੂਪ ਕਿਉਂਕਿ ਪੁਰਾਤਨ ਹੈ, ਬਿਰਧ ਹੈ, ਖਾਲਸੇ ਪੰਥ ਦੀ ਧਰੋਹਰ ਹੈ, ਉਹਦਾ ਰੋਜ਼ ਪ੍ਰਕਾਸ਼ ਨਹੀਂ ਹੁੰਦਾ, ਸਾਲ ਵਿੱਚ 5 ਵਾਰੀ ਹੁੰਦਾ। ਉਹ ਬਾਬਾ ਦੀਪ ਸਿੰਘ ਜੀ ਦੇ ਹੱਥ ਦਾ ਲਿਖਿਆ ਹੋਇਆ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬਾਬਾ ਜੀ ਦੇ ਹੱਥ ਦੇ ਲਿਖੇ ਸਰੂਪ 'ਤੇ ਦਾਸ ਨੇ ਕਥਾ ਕੀਤੀ 2 ਵਾਰੀ। ਉਹ ਸਰੂਪ ਬੜਾ ਵੱਡਾ ਬਾਬਾ ਜੀ ਨੇ ਲਿਖ ਕੇ ਉੱਥੇ ਭੇਜਿਆ। ਉਹਦੇ ਵਿੱਚ ਉੱਥੇ ਮਾਨਤਾ ਹੈ, ਹਜ਼ੂਰ ਸਾਹਿਬ ਨੂੰ ਵੱਡਾ ਬਾਬਾ ਕਹਿੰਦੇ ਆ, ਵੱਡਾ ਬਾਬਾ। ਉਹ ਵੱਡਾ ਬਾਬਾ ਜੀ ਜਿਹੜੇ ਨੇ, ਉਹਨਾਂ ਦਾ ਪ੍ਰਕਾਸ਼ ਸਿਰਫ ਅਤੇ ਸਿਰਫ ਉਸ ਦਿਨ ਹੁੰਦਾ ਜਿਸ ਦਿਨ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਵਾਲਾ ਜਿਹੜਾ ਦੀਵਾਲੀ ਤੋਂ 3ਰਾ ਦਿਨ ਹੈ, ਯਾਨੀ ਦੀਵਾਲੀ ਤੋਂ ਅਗਲਾ ਦਿਨ ਅਤੇ ਉਸ ਤੋਂ ਅਗਲਾ ਦਿਨ, ਉਹਨੂੰ ਦੂਜ, ਕੱਤਕ ਦੀ ਦੂਜ ਕਹਿੰਦੇ ਆ। ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਸੀ ਦੀਵਾਲੀ ਤੋਂ ਅਗਲੇ 1 ਦਿਨ ਛੱਡ ਕੇ, ਅਤੇ ਉਸ ਦਿਨ ਉੱਥੇ ਉਸ ਗੁਰੂ ਮਹਾਰਾਜ ਦਾ ਸਰੂਪ ਬਾਬਾ ਦੀਪ ਸਿੰਘ ਦੇ ਹੱਥ ਵਾਲਾ, ਉਹਦਾ ਪ੍ਰਕਾਸ਼ ਕੀਤਾ ਜਾਂਦਾ। ਹੁਕਮਨਾਮਾ ਉਸ ਬੀੜ ਤੋਂ ਲਿਆ ਜਾਂਦਾ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ, ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਬੜੀਆਂ ਹੀ ਸ਼ਕਤੀਆਂ, ਬੜੀਆਂ ਹੀ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਨੂੰ ਦਿੱਤੀਆਂ। ਦਮਦਮੇ ਸਾਹਿਬ ਅਜੇ ਵੀ ਬਾਬਾ ਦੀਪ ਸਿੰਘ ਦਾ ਖੂਹ ਮੌਜੂਦ ਹੈ। ਸ੍ਰੀ ਦਮਦਮਾ ਸਾਹਿਬ ਬਾਹਰ ਨਿਕਲੋ ਨਾ, ਅਤੇ ਤਖ਼ਤ ਤੋਂ ਬਾਹਰ ਨਿਕਲੋ ਅਤੇ ਸੱਜਿਆ ਜੇ ਤਖ਼ਤ ਵੱਲ ਜਾਓ, ਤਖ਼ਤ ਵੱਲ ਜਾਓ ਅਤੇ ਸੱਜੇ ਹੱਥ, ਤਖ਼ਤ ਤੋਂ ਬਾਹਰ ਨਿਕਲੋ ਅਤੇ ਖੱਬੇ ਹੱਥ ਬਾਬਾ ਜੀ ਦਾ ਖੂਹ ਹੈ। ਉਹਦੇ 'ਚ ਪੱਥਰ ਲੱਗਾ ਹੋਇਆ ਪੁਰਾਣਾ, ਉਹਦੇ 'ਚ ਲਿਖਿਆ ਹੋਇਆ ਵੀ ਟਹਿਲਾ ਕੀਤਾ ਖਾਲਸੇ ਨੇ, ਖਾਲ ਆਪਾਂ ਆਮ ਟਹਿਲ ਕਹਿੰਦੇ ਆ, ਸਿੰਘ ਟਹਿਲਾ ਕਹਿੰਦੇ ਆ, ਵੀ ਖਾਲਸੇ ਨੇ, ਸਰਬੱਤ ਖਾਲਸੇ ਨੇ ਟਹਿਲਾ ਕੀਆ ਸਰੋਵਰ, ਬਾਬਾ ਦੀਪ ਸਿੰਘ ਨੇ ਖੂਹ ਲਵਾਇਆ। ਫਿਰ ਉੱਥੇ ਬਾਬਾ ਜੀ ਦਾ ਬੁਰਜ ਹੈ, ਬਾਬਾ ਦੀਪ ਸਿੰਘ ਜੀ ਦਾ, ਅਤੇ ਬਾਬਾ ਜੀ ਦਾ ਭੋਰਾ ਸਾਹਿਬ ਹੈ ਜਿਹਦੇ 'ਚ ਬਹਿ ਕੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖਿਆ ਕਰਦੇ ਸੀ ਅਤੇ ਜਾਪ ਗੁਰਬਾਣੀ ਦਾ ਕਰਿਆ ਕਰਦੇ ਸੀ। ਉਹ ਅੰਡਰਗਰਾਊਂਡ ਭੋਰਾ, ਉਹਦੇ ਵਿੱਚ ਇਹੋ ਜਿਹੀ ਥਾਵਾਂ ਵੀ ਨੇ ਜਿੱਥੇ ਗੁਪਤ ਸ਼ਸਤਰ ਵੀ ਰੱਖੇ ਹੁੰਦੇ ਸਨ। ਔਰ ਬਾਬਾ ਜੀ ਉੱਥੇ ਜਿਹੜੀ ਬਾਣੀ ਲਿਖੀ, ਉਹ 'ਚੋਂ ਇੱਕ ਬਾਬਾ ਜੀ ਦੇ ਨਿਤਨੇਮ ਦਾ ਗੁਟਕਾ ਹੈ, ਬਹੁਤ ਵੱਡਾ, ਬੇਅੰਤ ਬਾਣੀਆਂ ਨੇ ਉਹਦੇ ਵਿੱਚ, ਦਸਮ ਪਾਤਸ਼ਾਹ ਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਜਿਹੜਾ ਉਹ ਰੋਜ਼ ਨਿਤਨੇਮ ਕਰਦੇ ਸਨ। ਸੋ ਬਾਬਾ ਜੀ ਦੇ ਸ਼ਸਤਰ, ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਜਾਓ, ਰੋਜ਼ ਸ਼ਾਮ ਨੂੰ ਉੱਥੇ ਸਿੰਘ ਰਹਿ ਰਾਸ ਦੇ ਪਾਠ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ, ਜਿਤਨੇ ਮਹਾਰਾਜ 6ਵੇਂ ਪਾਤਸ਼ਾਹ ਤੋਂ ਲੈ ਕੇ ਬਾਬਾ ਬੁੱਢਾ ਜੀ ਤੋਂ ਲੈ ਕੇ ਤੇਗੇ, ਕਿਰਪਾਨਾਂ, ਖੰਜਰਾਂ, ਕਟਾਰਾਂ, ਪਿਸਟਲ, ਤੀਰ, ਸਾਹਿਬਜ਼ਾਦਿਆਂ ਦੇ ਖੰਜ ਕਟਾਰ, ਉਹ ਦਿਖਾਉਣ ਤੋਂ ਬਾਅਦ
ਸ਼ਹੀਦ ਕਰਮ ਸਿੰਘ ਦੇ ਸ਼ਸਤਰ ਸਾਰੇ ਦਿਖਾਉਣ ਤੋਂ ਬਾਅਦ ਫਿਰ ਉਹ ਸਿੰਘ ਬੋਲਦਾ, ਉਹ ਕਹਿੰਦਾ ਹੁਣ ਉਹ ਸ਼ਸਤਰ ਆਉਣਗੇ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਕਮਰ ਕਸੇ ਦੇ ਹਨ। ਹੁਣ ਉਹ ਫਿਰ ਕਿਉਂ ਇਕੱਠੇ ਕਿਉਂ ਬੋਲਦਾ? ਕਿਉਂਕਿ ਸਾਰੇ ਬਾਕੀ ਸ਼ਹੀਦਾਂ ਦੇ ਜਾਂ ਗੁਰੂਆਂ ਦੇ ਇੱਕ ਇੱਕ ਦੋ ਦੋ ਸ਼ਸਤਰ ਹਨ, ਬਾਕੀ ਸਤਿਗੁਰਾਂ ਦੇ ਲੈ ਕੇ ਬਾਬਾ ਬੁੱਢਾ ਜੀ ਦੀ ਇੱਕ ਤਲਵਾਰ ਹੈ, ਛੇਵੇਂ ਪਾਤਸ਼ਾਹ ਦੀਆਂ ਦੋ ਤੇਗਾਂ, ਮੀਰੀ ਪੀਰੀ ਦੀਆਂ ਇੱਕ ਦੋ ਹੋਰ ਸ਼ਸਤਰ ਨੇ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਦਾ ਇੱਕ ਸ਼ਸਤਰ ਹੈ, ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ ਸ਼ਹੀਦ ਦਾ ਪਿਸਤੌਲ ਹੈ। ਪਰ ਜਦੋਂ ਬਾਬਾ ਦੀਪ ਸਿੰਘ ਦੀ ਵਾਰੀ ਆਉਂਦੀ ਉਹ ਇਕੱਲੇ ਉਹਨਾਂ ਦਾ ਨਾਂ ਲਿਆ ਜਾਂਦਾ ਵੀ ਉਹਨਾਂ ਦੇ ਸ਼ਸਤਰ ਆਉਣਗੇ, ਕਿਉਂ ਉਹਨਾਂ ਦੇ ਸ਼ਸਤਰ ਹੀ ਇੰਨੇ ਨੇ ਵੀ ਇਕੱਲੇ ਇਕੱਲੇ ਗਿਣੇ ਨਹੀਂ ਜਾਂਦੇ। 13 ਚੱਕਰ ਹਨ ਜਿਹੜੇ ਦੁਮਾਲੇ ਤੇ ਸਜਦੇ ਸੀ, 13 ਚੱਕਰ ਉਹਨਾਂ ਦੇ ਦੁਮਾਲੇ ਦੇ ਹਨ, ਤੇ ਉਸ ਦੁਮਾਲੇ ਦੇ ਵਿੱਚ ਜਿਹੜੇ ਖੰਡੇ ਲੱਗਦੇ ਸੀਗੇ, ਪੱਲੇਦਾਰ ਖੰਡੇ ਉਹਨਾਂ ਨੂੰ ਕਹਿੰਦੇ ਆ, ਕਿਉਂਕਿ ਮੁਸਲਮਾਨ ਸਿਰ ਤੇ ਟੋਪ ਪਾਉਂਦੇ ਸੀ ਸਿਰ ਦੀ ਸੇਫਟੀ ਲਈ, ਤੇ ਸਿੰਘ ਦੁਮਾਲੇ ਦੇ ਉੱਤੇ ਚੱਕਰ ਸਜਾਉਂਦੇ ਸੀ ਵੀ ਜਦੋਂ ਸੀਸ ਦੇ ਉੱਤੇ ਵਾਰ ਹੁੰਦਾ ਸੀ ਤੇ ਉਹ ਰੋਕਦੇ ਸੀ, ਲੋੜ ਪਵੇ ਤੇ ਚੱਕਰ ਲਾ ਕੇ ਤੇ ਦੁਸ਼ਮਣ ਨੂੰ ਦੂਰੋਂ ਹੀ ਸਾਫ਼ ਵੀ ਕਰ ਦਿੰਦੇ ਸੀ। ਸੋ ਬਾਬਾ ਜੀ ਦੀਆਂ ਨਿਸ਼ਾਨੀਆਂ ਅੱਜ ਪੰਥ ਕੋਲ ਮੌਜੂਦ ਨੇ। ਸਭ ਤੋਂ ਵੱਡਾ ਉਹ ਚੱਕਰ ਹੈ ਜਿਹਦੇ ਵਿੱਚ ਮੂਲ ਮੰਤਰ ਲਿਖਿਆ ਹੋਇਆ, ਨਾਨਕ ਹੋਸੀ ਵੀ ਸੱਚ ਤੱਕ ਦਾ ਪਾਠ, ਸੁਨਹਿਰੀ ਅੱਖਰਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਦੁਮਾਲੇ ਦਾ ਚੱਕਰ ਹੈ। ਸੋ ਸਾਧ ਸੰਗਤ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਜ਼ੂਰ ਸਾਹਿਬ ਤੇ ਦਮਦਮਾ ਸਾਹਿਬ ਥਾਵਾਂ ਤੇ ਬਾਬਾ ਜੀ ਦੀਆਂ ਨਿਸ਼ਾਨੀਆਂ, ਉਹਨਾਂ ਦਾ ਇਤਿਹਾਸ ਜਾ ਕੇ ਸਾਨੂੰ ਦੇਖਣਾ ਚਾਹੀਦਾ, ਕੈਸੇ ਮਹਾਂਪੁਰਸ਼ ਸਨ, ਆਪਣਾ ਜੀਵਨ ਹੀ ਗੁਰੂ ਲੇਖੇ ਲਾ ਤਾ। ਕਹਿੰਦੇ ਇੱਕ ਵਾਰੀ ਸਰਬਲੋ ਦਾ ਬਾਟਾ ਉਹਨੂੰ ਰੇਤੇ ਦੇ ਢੇਰ ਤੇ ਬੈਠੇ ਮਾਂਜੀ ਜਾਂਦੇ ਤੇ ਮਾਂਜ ਕੇ ਫਿਰ ਦੇਖਦੇ ਤੇ ਫਿਰ ਮਾਂਜਣ ਲੱਗ ਜਾਂਦੇ, ਤੇ ਸੱਚੇ ਪਾਤਸ਼ਾਹ ਕਲਗੀਧਰ ਜੀ ਪਿੱਛੇ ਖੜੇ ਦੇਖੀ ਗਏ ਤੇ ਬਾਅਦ ਚ ਮਹਾਰਾਜ ਬੋਲੇ, ਕਹਿੰਦੇ ਦੀਪ ਸਿੰਘ ਇਹ ਬਾਟੇ ਨੂੰ ਬਾਰ ਬਾਰ ਮਾਂਜ ਕੇ ਘਸਾ ਕੇ ਚਿੱਟਾ ਕੱਢ ਕੇ ਕੀ ਦੇਖ ਰਹੇ ਹੋ? ਉੱਠ ਕੇ ਮਹਾਰਾਜ ਨੂੰ ਮੱਥਾ ਟੇਕਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਇਹਦੇ ਚ ਦੇਖਦਾ ਮੈਨੂੰ ਆਪਣਾ ਚਿਹਰਾ ਦਿਸਦਾ ਫਿਰ ਮਾਂਜਦਾ। ਮਹਾਰਾਜ ਕਹਿੰਦੇ ਫਿਰ ਕਿਉਂ ਮਾਂਜਦਾ? ਕਹਿੰਦਾ ਮੈਂ ਦੇਖਦਾ ਵੀ ਇਹਦੇ ਚ ਤੁਹਾਡਾ ਚਿਹਰਾ ਦਿਸਣ ਲੱਗ ਪਵੇ। ਮਹਾਰਾਜ ਕਹਿੰਦੇ ਦੀਪ ਸਿੰਘ ਤੇਰੇ ਚਿਹਰੇ ਵਿੱਚੋਂ ਮੇਰਾ ਚਿਹਰਾ ਦਿਸੇਗਾ। ਕਲਗੀਧਰ ਪਿਤਾ ਮਹਾਰਾਜ ਦੀ ਵਡਿਆਈ ਉਹਨਾਂ ਦੇ ਸਿੰਘਾਂ ਕਰਕੇ ਵੀ ਹੈ, ਕੈਸੇ ਕੈਸੇ ਉਹਨਾਂ ਕੋਲ ਯੋਧੇ ਸਨ, ਕੈਸੇ ਕੈਸੇ ਸੂਰਮੇ ਸਨ, ਇਹੋ ਜਿਹੀ ਉਹਨਾਂ ਦੀਆਂ ਹਸਤੀਆਂ ਸਨ ਜਿਹਨਾਂ ਤੋਂ ਕਾਬਲ ਕੰਧਾਰ ਕੰਬਦਾ ਸੀ, ਦਿੱਲੀ ਥਰ ਥਰ ਕੰਬਦੀ ਸੀ। ਧੰਨ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼, ਉਹਨਾਂ ਦੇ ਚਰਨਾਂ 'ਚ ਆਪਾਂ ਨਤਮਸਤਕ ਹੋਈਏ, ਅਰਦਾਸ ਕਰੀਏ ਖਾਲਸੇ ਪੰਥ 'ਚ ਅੱਜ ਏਕਤਾ ਹੋਵੇ। ਸਾਧ ਸੰਗਤ ਜੀ, ਭਰਮ ਐਸੀ ਚੀਜ਼ ਹੈ ਕਿਸੇ ਘਰ 'ਚ ਵੜ ਜਾਵੇ ਘਰ ਦਾ ਨਾਸ ਮਾਰ ਦਿੰਦੀ ਹੈ। ਮਹਾਰਾਜ ਬਾਣੀ 'ਚ ਕਹਿੰਦੇ ਲੋਕਾ ਭਰਮ ਨਾ ਭੁੱਲੋ ਭਾਈ, ਭਰਮ 'ਚ ਨਾ ਪਵੋ। ਜੇ ਜਿੱਥੇ ਭਰਮ ਹੈ ਨਾ ਉੱਥੇ ਸਾਰੇ ਦੁੱਖ ਨੇ। ਪਤੀ ਪਤਨੀ 'ਚ ਭਰਮ ਪੈ ਜੇ ਘਰ ਉੱਜੜ ਜਾਂਦਾ ਹੈ, ਭਰਾ ਭਰਾ 'ਚ ਭਰਮ ਪੈ ਜੇ ਖੂਨ ਖਰਾਬੇ ਹੋ ਜਾਂਦੇ ਹੈ, ਘਰ ਉੱਜੜ ਜਾਂਦੇ ਹੈ, ਪਿਓ ਪੁੱਤਰ 'ਚ ਕਿਸੇ ਰਿਸ਼ਤੇ 'ਚ ਵੀ ਦਰਾੜ ਆਉਂਦੀ ਤੇ ਭਰਮ ਕਰਕੇ ਆਉਂਦੀ ਹੈ। ਅੱਜ ਕਲਗੀਆਂ ਵਾਲੇ ਦੇ ਪੰਥ ਵਿੱਚ ਭਰਮ ਪੈ ਰਿਹਾ ਹੈ, ਇੱਕ ਦੂਜੀ ਪ੍ਰਤੀ ਵਿਸ਼ਵਾਸ, ਜਿਹੜਾ ਮਹਾਰਾਜ ਸਾਹਿਬ ਜੀ ਦੇ ਬਚਨ ਪੰਥ ਪ੍ਰਕਾਸ਼ 'ਚ ਆਉਂਦੇ ਨੇ, ਕਲਗੀਧਰ ਪਾਤਸ਼ਾਹ ਅੰਮ੍ਰਿਤ ਛਕਾਇਆ ਖੰਡੇ ਬਾਟੇ ਦਾ ਮਾਤਾ ਨੇ ਪਤਾਸੇ ਪਾਏ, ਕਲਗੀਧਰ ਕਹਿਣ ਲੱਗੇ ਸਿੱਖ ਸਿੱਖ ਪੇ ਵਾਰ ਦਫਰਾਣ। ਮਹਾਰਾਜ ਕਹਿੰਦੇ ਮੇਰੇ ਸਿੰਘ ਸਿੰਘ ਦੇ ਵਾ ਜਾਣ ਦਿਆ ਕਰਨਗੇ।
ਹੁਣ ਤੱਕ ਜਦੋਂ 84 ਤੋਂ ਬਾਅਦ ਵੀ ਅਸੀਂ ਦੇਖਿਆ ਤੁਹਾਡੇ ਵਿੱਚ ਸਾਰੇ ਬਜ਼ੁਰਗ ਬੈਠੇ ਦੇਖਿਆ ਸਿੰਘ ਸਿੰਘਾਂ ਪਿੱਛੇ ਜਾਨਾਂ ਵਾਰਦੇ ਰਹੇ ਨੇ, ਦੂਜੇ ਦੀ ਜਾਨ ਬਚਾਉਣ ਲਈ ਆਪ ਸ਼ਹੀਦ ਹੁੰਦੇ ਰਹੇ ਨੇ, ਇਹ ਆਪਣੀ ਅੱਖਾਂ ਦੇਖੀ ਗੱਲਾਂ ਨੇ। ਪਰ ਹੁਣ ਪਤਾ ਨਹੀਂ ਕੀ ਹੋ ਗਿਆ, ਸਿੰਘ ਹੀ ਸਿੰਘਾਂ ਦੀਆਂ ਜਾਨਾਂ ਲੈਣ ਨੂੰ ਤੁਲ ਆਏ ਨੇ, ਸਿੰਘ ਹੀ ਸਿੰਘਾਂ ਦੇ ਵੈਰੀ ਬਣ ਗਏ ਨੇ। ਸੱਚੇ ਪਾਤਸ਼ਾਹ ਕਿਰਪਾ ਕਰੇ ਸਾਡੇ ਅੰਦਰੋਂ ਇਹ ਭਰਮ ਨਿਕਲੇ। ਭਰਮ ਤਾਂ ਨਿਕਲੇਗਾ ਜੇ ਗੁਰਬਾਣੀ ਦਾ ਪ੍ਰਕਾਸ਼ ਹੋਵੇਗਾ, ਜੇ ਗੁਰਬਾਣੀ ਨਾਲ ਜੁੜਾਂਗੇ, ਸ਼ਬਦ ਨਾਲ ਜੁੜਾਂਗੇ। ਅਤੇ ਜੇ ਖਾਲਸਾ ਜੀ ਸਿਰਫ ਅਸੀਂ ਫੇਸਬੁੱਕ ਅਤੇ ਵਟਸਐਪ ਦੇ ਸਿੱਖ ਬਣੇ ਰਹੇ ਤਾਂ ਬੜਾ ਵੱਡਾ ਘਾਟਾ ਖਾਵਾਂਗੇ। ਅਤੇ ਮੈਂ ਇਹੋ ਜਿਹੀਆਂ ਗੱਲਾਂ ਕਥਾ ਵਿੱਚ ਕਹਿਣੀਆਂ ਨਹੀਂ ਚਾਹੁੰਦਾ ਹੁੰਦਾ, ਪਰ ਜਦੋਂ ਹਾਲਾਤ ਹੀ ਇੱਦਾਂ ਦੇ ਹੋ ਜਾਣ ਉਦੋਂ ਇਹ ਗੱਲ ਕਹਿਣੀ ਪੈਂਦੀ ਹੈ ਵੀ ਸਾਨੂੰ ਸੰਭਲ ਜਾਣਾ ਚਾਹੀਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਣਾ ਚਾਹੀਦਾ, ਬਾਣੀ ਦੇ ਲੜ ਲੱਗਣਾ ਚਾਹੀਦਾ। ਆਓ ਮਹਾਰਾਜ ਸਾਹਿਬ ਜੀ ਦੀ ਪਾਵਨ ਬਾਣੀ, ਪੰਚਮ ਪਾਤਸ਼ਾਹ ਮਹਾਰਾਜ ਹਜ਼ੂਰ ਗੁਰਦੇਵ ਸ਼ਹੀਦਾਂ ਦੇ ਸਰਤਾਜ ਆਸਾ ਰਾਗ ਵਿੱਚ ਕਹਿ ਰਹੇ ਨੇ ਕੁਝ ਬਚਨ, ਸਾਨੂੰ ਸੁਣੀਏ ਪਿਆਰ ਨਾਲ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਆਸਾ ਮਹੱਲਾ ਪੰਜਵਾਂ, ਏਕ ਸਿਮਰ ਮਨ ਮਾਹੀ। ਪੰਚਮ ਪਾਤਸ਼ਾਹ ਕਹਿੰਦੇ ਹੇ ਬੰਦੇ, ਹੇ ਇਨਸਾਨ, ਇੱਕ ਪਰਮਾਤਮਾ ਨੂੰ ਆਪਣੇ ਮਨ ਵਿੱਚ ਯਾਦ ਕਰ, ਉਸ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਜੋ ਸਾਰੀ ਦੁਨੀਆਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਇਹ ਸ੍ਰਿਸ਼ਟੀ ਨੂੰ ਪਾਲਣਾ ਕਰ ਰਿਹਾ ਹੈ, ਜਿਸ ਦੀ ਕਿਰਪਾ ਨਾਲ ਸੂਰਜ ਵਿੱਚ ਰੋਸ਼ਨੀ ਹੈ, ਜਿਸ ਦੀ ਕਿਰਪਾ ਨਾਲ ਤੇਰੀਆਂ ਅੱਖਾਂ ਦੇਖ ਰਹੀਆਂ ਹਨ, ਜਿਸ ਦੀ ਕਿਰਪਾ ਨਾਲ ਹਵਾ ਚੱਲ ਰਹੀ ਹੈ, ਜਿਸ ਦੀ ਕਿਰਪਾ ਨਾਲ ਧਰਤੀ ਤੈਨੂੰ ਚੁੱਕੀ ਫਿਰਦੀ ਹੈ, ਜਿਸ ਦੀ ਕਿਰਪਾ ਨਾਲ ਪਾਣੀ ਜਸੀਤਲਤਾ ਹੈ, ਜਿਸ ਦੀ ਕਿਰਪਾ ਨਾਲ ਤੈਨੂੰ ਆਕਸੀਜਨ ਮਿਲ ਰਹੀ ਹੈ, ਹਵਾ ਮਿਲ ਰਹੀ ਹੈ, ਪ੍ਰਾਣ ਚੱਲ ਰਹੇ ਨੇ ਤੇਰੇ ਅੰਦਰ, ਉਸ ਆਪਣੇ ਪ੍ਰਾਣ ਪ੍ਰੀਤਮ ਨੂੰ ਚੇਤੇ ਕਰ। ਏਕ ਸਿਮਰ ਮਨ ਮਾਹੀ, ਏਕ ਸਿਮਰ ਮਨ ਮਾਹੀ। ਏਕ ਸਿਮਰ ਮਨ ਮਾਹੀ, ਏਕ ਸਿਮਰ ਮਨ ਮਾਹੀ। ਆਪਣੇ ਮਨ ਵਿੱਚ ਵਾਹਿਗੁਰੂ 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 ਚੇਤੇ ਕਰ, ਸਿਮਰਨ ਕਰ ਪਰਮੇਸ਼ਰ ਦਾ, ਰਹਾਓ ਵਿਸਰਾਮ ਦੇ ਕੇ ਕਥਨ ਕਰਦੇ ਨੇ, ਨਾਮ ਤੇ ਆਵੋ ਹਿਰਦੈ ਵਸਾਵੋ, ਇਸ ਬਿਨ ਕੋ ਨਾਹੀ। ਉੱਠਦਿਆਂ ਬਹਿੰਦਿਆਂ ਉਸ ਵਾਹਿਗੁਰੂ ਵਾਹਿਗੁਰੂ ਨੂੰ ਚੇਤੇ ਕਰੋ, ਉਹਦਾ ਨਾਮ ਧਿਆਵੋ, ਆਪਣੇ ਹਿਰਦੇ 'ਚ ਵਸਾਓ, ਕਿਉਂਕਿ ਨਾਮ ਵਾਰ ਵਾਰ ਕਿਉਂ ਜਪਣਾ ਪੈਂਦਾ। ਕਈ ਵਾਰੀ ਸ਼ੰਕਾ ਹੁੰਦਾ ਹੈ ਵੀ ਮਹਾਰਾਜ ਤਾਂ ਕਹਿੰਦੇ ਇੱਕ ਵਾਰੀ ਵਾਹਿਗੁਰੂ ਕਹਿ ਦੇ ਮੁਕਤੀ ਹੋ ਜਾਏਗੀ, ਇੱਕ ਚਿੱਤ ਜੇ ਕਿਸੇ ਨੂੰ ਧਿਆਇਓ ਕਾਲ ਫਾਸ ਕੇ ਬੀਚ ਨਾ ਆਇਓ, ਇੱਕ ਵਾਰੀ ਵਾਹਿਗੁਰੂ ਕਹਿ ਤਾਂ ਮੁਕਤੀ ਹੋ ਜਾਵੇਗੀ, ਫਿਰ ਵਾਰ ਵਾਰ ਕਿਉਂ ਕਹਿੰਦੇ ਨਾਮ ਜਪਣ ਨੂੰ। ਖਾਲਸਾ ਜੀ ਵਾਰ ਵਾਰ ਤਾਂ ਕਹਿਣਾ ਵੀ ਇੱਕ ਵਾਰੀ ਕਿਹਾ ਜਾਵੇ, ਤੁਸੀਂ ਕਹੋਗੇ ਇਹ ਕਿਉਂ, ਕਿਉਂਕਿ ਇੱਕ ਵਾਰੀ ਸੁਰਤੀ ਜੁੜੀ ਨਾਲ ਕਿਹਾ ਜਾਵੇ ਤਾਂ, ਧਿਆਨ ਜੁੜੇ ਨਾਲ ਕਿਹਾ ਜਾਵੇ, ਪੂਰੇ ਜ਼ੋਰ ਨਾਲ ਕਿਹਾ ਜਾਵੇ, ਪੂਰੇ ਇਕਾਗਰਤਾ ਨਾਲ ਕਿਹਾ ਜਾਵੇ, ਇੱਕ ਵਾਰੀ ਕਿਹਾ ਜਾਵੇ ਤਾਂ ਲੱਖਾਂ ਵਾਰੀ ਕਹਿਣਾ। ਸਿਮਰੋ ਰਾਮ ਨਾਮ ਲੱਖ ਵਾਰੀ, ਮਹਾਰਾਜ ਕਹਿੰਦੇ ਲੱਖ ਵਾਰੀ ਆਖੋ ਵਾਹਿਗੁਰੂ, ਇੱਕ ਵਾਰੀ ਆਖਿਆ ਜਾਵੇ, ਲੱਖ ਵਾਰੀ ਆਖੋਗੇ ਇੱਕ ਵਾਰੀ ਆਖਿਆ ਜਾਵੇ, ਇੱਕ ਵਾਰੀ ਆਖਿਆ ਗਿਆ ਤਾਂ ਕੰਮ ਪਾਰ ਹੈ। ਆਖੋ ਸ੍ਰੀ ਵਾਹਿਗੁਰੂ, ਨਾਮ ਤੇ ਆਵੋ
ਹਿਰਦੈ ਵਸਾਵੋ। ਨਾਮ ਧਿਆਨ ਧਾ ਧਿਆਣਾ ਬਾਰ ਬਾਰ ਵਾਹਿਗੁਰੂ 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 ਕਿਉਂ ਜਪਣਾ? ਵੀ ਹਿਰਦੇ ਚ ਵੱਸ ਜੇ, ਹੋਰ ਕੋਈ ਗੱਲ ਨੀ, ਹਿਰਦੇ ਚ ਵੱਸ ਜੇ। ਇਸ ਬਿਨ ਕੋ ਨਾਹੀ, ਕਿਉਂਕਿ ਉਹਦੇ ਤੋਂ ਬਿਨਾਂ ਕੋਈ ਹੈ ਹੀ ਨਹੀਂ, ਹੋਰ ਉਸ ਵਾਹਿਗੁਰੂ ਤੋਂ ਬਿਨਾਂ ਨਾ ਸਾਡਾ ਕੋਈ ਹੋਰ ਸਹਾਰਾ ਹੈ ਤੇ ਨਾ ਕੋਈ ਸਹਾਰਾ ਬਣ ਸਕਦਾ। ਇਸ ਕਰਕੇ ਉਸੇ ਆਪਣੇ ਸੱਚੇ ਸਹਾਰੇ ਨੂੰ ਚੇਤੇ ਕਰੋ। ਪ੍ਰਭ ਸਰਨੀ ਆਈਐ। ਸਾਧ ਸੰਗਤ ਜੀ, ਇੱਕ ਗੱਲ ਮੈਂ ਕਹਿ ਦਿਆਂ ਵੀ ਅੱਜ ਅਸੀਂ ਸਰਨੀ ਆਉਣ ਵਾਲੀ ਹਾਲਤ ਵਿੱਚ ਨਹੀਂ। ਸਰਨੀ ਉਦੋਂ ਆਇਆ ਜਾਂਦਾ ਹੈ ਜਦੋਂ ਹੰਕਾਰ ਛੱਡਿਆ ਜਾਵੇ। ਸਰਨੀ ਉਦੋਂ ਆਇਆ ਜਾਂਦਾ ਹੈ ਜਦੋਂ ਚਤੁਰਾਈ ਛੱਡੀ ਜਾਵੇ, ਸਿਆਣਪ ਛੱਡੀ ਜਾਵੇ। ਜਿੱਥੇ ਆਪਣੀ ਸਿਆਣਪ, ਆਪਣੀ ਪੜ੍ਹਾਈ, ਆਪਣੀ ਬੁੱਧੀ, ਆਪਣੀ ਮੱਤ ਹੋਵੇ, ਉੱਥੇ ਸਰਨੀ ਨਹੀਂ ਆਇਆ ਜਾਂਦਾ। ਸਰਨੀ ਆਉਣ ਦਾ ਮਤਲਬ ਹੈ ਵੀ ਮੈਂ ਕੁਛ ਜਾਣਦਾ ਹੀ ਨਹੀਂ, ਮੈਨੂੰ ਪਤਾ ਹੀ ਨਹੀਂ, ਮੈਂ ਨਹੀਂ ਕੁਛ ਜਾਣਦਾ। ਗੁਰੂ ਸਾਹਿਬ ਜੀ, ਕਿਰਪਾ ਕਰੋ, ਮੈਨੂੰ ਆਪਣੀ ਮੱਤ ਦਿਓ, ਮੈਨੂੰ ਆਪਣੀ ਸਿਆਣਪ ਆਪਣੀ ਬਖਸ਼ੋ, ਤੁਹਾਡੀ ਜਿਹੜੀ ਸਿਆਣਪ ਹੈ, ਮੇਰੀ ਸਿਆਣਪ ਖਤਮ ਹੋ ਜਾਵੇ। ਆਖੋ ਵਾਹਿਗੁਰੂ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਪ੍ਰਭ ਸਰਣੀ ਆਈਐ, ਪ੍ਰਭੂ ਦੀ ਸ਼ਰਨ ਵਿੱਚ ਆ ਜਾਈਏ, ਕੀ ਹੋਏਗਾ? ਸਰਬ ਫਲ ਪਾਈਐ, ਸਾਰੇ ਹੀ ਫਲ ਪ੍ਰਾਪਤ ਹੋ ਜਾਣ ਸਾਰੇ। ਇਹ ਲੋਕ ਸੁਖੀਏ ਪਰ ਲੋਕ ਸਵੇਲੇ। ਕਈ ਵਾਰੀ ਸ਼ੰਕਾ ਕਰਨ ਵਾਲੇ ਕਹਿ ਦੇਣਗੇ ਮਹਾਰਾਜ ਨੇ ਤਾਂ ਸਿਰਫ ਪਰਮਾਰਥ ਦੀ ਗੱਲ ਦੱਸੀ ਹੈ ਵੀ ਉਹੀ ਉਹੀ ਫਲ ਪ੍ਰਾਪਤ ਕਰਨਾ। ਅਸਲ ਗੱਲ ਤਾਂ ਉਹੀ ਹੈ ਵੀ ਬੰਦੇ ਨੂੰ ਗੁਰੂ ਦੀ ਬਖਸ਼ਿਸ਼, ਰੂਹਾਨੀ ਬਖਸ਼ਿਸ਼ ਮਿਲੇ, ਰੂਹਾਨੀ ਫਲ ਮਿਲੇ। ਪਰ ਅਸੀਂ ਦੁਨਿਆਵੀ ਲੋਕ ਹਾਂ ਨਾ, ਸਾਨੂੰ ਰੋਟੀ ਵੀ ਚਾਹੀਦੀ ਹੈ, ਸਾਨੂੰ ਕੱਪੜਾ ਵੀ ਚਾਹੀਦਾ, ਸਾਨੂੰ ਮਕਾਨ ਵੀ ਚਾਹੀਦਾ, ਉਹ ਅਸੀਂ ਕਿੱਥੋਂ ਮੰਗਣਾ? ਉਹ ਵੀ ਅਸੀਂ ਗੁਰੂ ਤੋਂ ਹੀ ਮੰਗਣਾ। ਆਖੋ ਵਾਹਿਗੁਰੂ। ਉਹਦੇ ਪੰਕਤੀ ਆਈ ਹੈ ਗੁਰਬਾਣੀ ਵਿੱਚ, ਮਾਣ ਮੰਗੋ ਤਾਣ ਮੰਗੋ। ਮੈਂ ਮਾਣ ਇੱਜ਼ਤ ਵੀ ਮੰਗਦਾ ਸਤਿਗੁਰੂ ਤੇਰੇ ਤੋਂ, ਤਾਣ ਤਾਕਤ ਸ਼ਕਤੀ ਵੀ ਮੰਗਦਾ ਤੇਰੇ ਤੋਂ। ਮਾਣ ਮੰਗੋ ਤਾਣ ਮੰਗੋ। ਅਗਲੀ ਪੰਕਤੀ, ਧਨ ਲਖਮੀ ਸੁੱਤ ਦੇਹੋ। ਧਨ ਲਛਮੀ ਵੀ ਤੇਰੇ ਤੋਂ ਮੰਗਦਾ ਤੇ ਪੁੱਤਰ ਵੀ ਤੇਰੇ ਤੋਂ ਮੰਗਦਾ। ਪੁੱਤਰ ਕਿੱਥੋਂ ਮੰਗਣੇ? ਅਰਦਾਸ ਕਿੱਥੇ ਕਰਨੀ? ਮਹਾਰਾਜ ਪੁੱਤਰ ਚਾਹੀਦਾ ਦਿਓ। ਤੇ ਗੁਰੂ ਅਰਜਨ ਸਾਹਿਬ ਨੇ ਲਿਖਿਆ ਨੀ, ਸਤਿਗੁਰ ਸੱਚ ਹੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ। ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਾਹਿਬ ਮੈਂ ਲਿਖਿਆ ਤੁਰਕ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾਂ ਆਨੰਦ ਥੀਆ, ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਸਰਬ ਫਲ ਪਾਈਐ, ਸਾਰੇ ਫਲ ਭਾਵ ਪ੍ਰਾਪਤ ਹੁੰਦੇ ਨੇ ਇੱਥੋਂ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਈਹਾਂ ਊਹਾਂ ਸੱਚ ਹੋਵੇ। ਸਗਲੇ ਦੁੱਖ ਜਾਹੀ, ਸਾਰੇ ਦੁੱਖ ਚਲੇ ਜਾਣ, ਸਾਰੇ ਦੁੱਖ ਚਲੇ ਜਾਂਦੇ ਨੇ ਨਾਮ ਸਿਮਰਨ ਦੇ ਨਾਲ। ਇਹ ਲੋਕ ਦੇ ਸੁੱਖ ਦੁੱਖ ਵੀ ਜਾਂਦੇ ਨੇ, ਪਰਲੋਕ ਦੇ ਦੁੱਖ ਵੀ ਜਾਂਦੇ ਨੇ। ਜੀਅਨ ਕੋ ਦਾਤਾ, ਉਹ ਵਾਹਿਗੁਰੂ ਸਾਰੇ ਜੀਆਂ ਦਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ,
ਸੋ ਮੈਂ ਵਿਸਰ ਨਾ ਜਾਈ। ਕੀੜੀ ਨੂੰ ਵੀ ਦੇ ਰਿਹਾ, ਹਾਥੀ ਨੂੰ ਵੀ ਦੇ ਰਿਹਾ, ਮੱਛਰ ਨੂੰ ਵੀ ਦੇ ਰਿਹਾ, ਗਰੜ ਨੂੰ ਵੀ ਦੇ ਰਿਹਾ, ਇਨਸਾਨ ਤੋਂ ਲੈ ਕੇ ਜਿੰਨੀਆਂ ਗੁਪਤ ਪ੍ਰਗਟ ਚੀਜ਼ਾਂ ਨੇ ਸਭ ਨੂੰ ਰੋਜ਼ੀ ਦੇ ਰਿਹਾ। ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ, ਗਨੀਮਨ ਗਾਰੈ ਪਛ ਪਸ਼ੂ ਨਗ ਨਾਗ ਨਿਰਾਤਬ ਸਰਬ ਸਮੈ ਸਭ ਕੋ ਪ੍ਰਤਪਾਲ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰ ਹੈ। ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ, ਬੰਦਾ ਕਿਸੇ ਦੀ ਮਾੜੀ ਜਿਹੀ ਗਲਤੀ ਦੇਖ ਲਏ ਮੁੜ ਕੇ ਉਹਨੂੰ ਫਤਿਹ ਨਹੀਂ ਬੁਲਾਉਂਦਾ। ਰੋਟੀ ਤਾਂ ਕੀ ਦੇਣੀ ਹੈ, ਉਹ ਬੰਦੇ ਨੂੰ ਕਹਿੰਦਾ ਵੀ ਇਹ ਮੇਰੇ ਨਜ਼ਰ ਨਾ ਆਵੇ, ਜੇ ਕਮੀ ਹੈ। ਰੱਬ ਸਾਰਿਆਂ ਦੀਆਂ ਕਮੀਆਂ ਜਾਣਦਾ, ਸਾਡੀਆਂ ਸਾਰੀਆਂ ਬੁਰਾਈਆਂ ਜਾਣਦਾ, ਪਰ ਪ੍ਰਸ਼ਾਦਾ ਦੇਣਾ ਬੰਦ ਨਹੀਂ ਕਰਦਾ। ਆਖੋ ਆਏ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ, ਸਾਡੇ ਦੋਸ਼ਾਂ ਨੂੰ ਦੇਖਦਾ ਹੈ ਪਰ ਦੇਤ ਨਾ ਹਾਰੈ। ਉਹ ਦੇਂਦਾ ਹੋਇਆ ਥੱਕਦਾ ਨਹੀਂ, ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦੇਈ ਜਾਂਦਾ ਥੱਕਦਾ ਨਹੀਂ, ਲੈਣ ਵਾਲੇ ਥੱਕ ਜਾਂਦੇ ਆ ਉਹ ਨਹੀਂ ਥੱਕਦਾ। ਐਸਾ ਮੇਰਾ ਵਾਹਿਗੁਰੂ ਹੈ। ਜੀਅਨ ਕੋ ਦਾਤਾ ਪੁਰਖ ਵਿਧਾਤਾ, ਉਹ ਵਿਧੀਆਂ ਬਣਾਉਣ ਵਾਲਾ ਹੈ, ਸਾਰਿਆਂ ਦੀ ਵਿਧੀ ਬਣਾਈ ਹੋਈ ਹੈ। ਕਿਸੇ ਨੂੰ ਕਿਸੇ ਤਰੀਕੇ ਨਾਲ ਰੋਟੀ ਦੇਣੀ, ਕਿਸੇ ਨੂੰ ਕਿਸੇ ਤਰੀਕੇ ਨਾਲ ਦੇਣੀ, ਸਾਰਿਆਂ ਦੇ ਮੱਥੇ ਦੇ ਉਸ ਵਿਧਾਤਾ ਨੇ ਲੇਖ ਲਿਖੇ ਹੋਏ ਨੇ ਤੇ ਸਾਰਿਆਂ ਦਾ ਆਪਣਾ ਦੇਖੋ, ਕਿਸੇ ਦਾ ਕੋਈ ਵਸੀਲਾ ਕਿਸੇ ਦਾ ਕੋਈ ਵਸੀਲਾ ਬਣਾਇਆ ਹੋਇਆ, ਪਰਮੇਸ਼ਰ ਦੀ ਖੇਡ ਹੈ। ਉਹ ਸਾਰਿਆਂ ਵਿੱਚ ਵਿਆਪਕ ਹੈ, ਪੁਰਖ ਦਾ ਮਤਲਬ ਸਾਰਿਆਂ ਦੇ ਅੰਦਰ ਬੈਠਾ ਹੋਇਆ। ਨਾਨਕ ਘੱਟ ਘੱਟ ਆਹੀ ਘੱਟ ਘੱਟ ਵਿੱਚ ਹੈ, ਇਹ ਨਹੀਂ ਵੀ ਕਿਤੇ ਜ਼ਿਆਦਾ ਕਿਤੇ ਘੱਟ ਹੈ। ਘੱਟ ਘੱਟ ਮੈਨੇ ਘੜਿਆਂ ਦੇ ਵਿੱਚ, ਆਕਾਸ਼ ਹੁੰਦਾ ਨਾ ਘੜਾ ਭਾਵੇਂ ਐਡਾ ਸਾਰਾ ਹੋਵੇ ਛੋਟਾ ਜਿਹਾ, ਤੇ ਘੜਾ ਭਾਵੇਂ ਐਡਾ ਹੋਵੇ ਵਿੱਚ ਤਾਂ ਖਾਲੀ ਤਾਂ ਸਾਰਿਆਂ ਦੇ ਹੁੰਦਾ ਨਾ ਆਕਾਸ਼। ਏਦਾਂ ਭਾਵੇਂ ਕੀੜੀ ਹੈ ਤੇ ਭਾਵੇਂ ਹਾਥੀ ਹੈ, ਓਨੀ ਆਤਮਾ ਆਕਾਸ਼ ਜਿਵੇਂ ਘੜੇ ਵਿੱਚ ਛੋਟੇ ਵਿੱਚ ਵੀ ਹੈ ਵੱਡੇ 'ਚ ਵੀ ਹੈ, ਓਨੀ ਪਰਮੇਸ਼ਰ ਦੀ ਜੋਤ ਕੀੜੀ ਵਿੱਚ ਹੈ, ਓਨੀ ਹਾਥੀ ਵਿੱਚ ਹੈ, ਸਭ ਥਾਂ 'ਤੇ ਰਮਿਆ ਹੋਇਆ। ਘੱਟ ਘੱਟ ਆਹੀ ਮਹਾਰਾਜ ਕਹਿੰਦੇ ਘੱਟ ਘੱਟ ਵਿੱਚ ਵਸਿਆ ਹੋਇਆ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਸੋ ਮੇਰੇ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਵੀ ਹੋਈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ, ਜੋ ਸਰਦਾਰ ਗੁਰਦੇਵ ਸਿੰਘ ਜੀ ਮਾਨ ਜੀ ਨੇ ਸਹਿਜ ਪਾਠ ਕਰਾਏ, ਲੰਗਰਾਂ ਦੀ ਸੇਵਾ ਕੀਤੀ, ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਬਾਬਾ ਜੀ ਕਿਰਪਾ ਕਰਨ, ਅਰਦਾਸ ਸ਼ਹੀਦਾਂ ਦੇ ਚਰਨਾਂ 'ਚ ਇਹੀ ਹੈ ਵੀ ਇਹ ਜਿਹੜਾ ਪੰਥ ਤੁਸੀਂ ਆਪਣੇ ਸਿਰ ਦੇ ਕੇ ਆਪਣਾ ਖੂਨ ਡੋਲ ਕੇ ਚਲਾਇਆ ਸੀ, ਅੱਜ ਇਸ ਪੰਥ ਵਿੱਚ ਫਿਰ ਪਿਆਰ ਏਕਤਾ ਸਿੱਖੀ ਸਿਰਕ ਦ੍ਰਿੜ ਭਰੋਸਾ ਗੁਰਬਾਣੀ ਦਾ ਰੰਗ ਅਤੇ ਨਾਮ ਸੇਵਾ ਸਿਮਰਨ ਦੇ ਪ੍ਰਵਾਹ ਚੱਲਣ।